अगर आपने हमारे चैनल को सब्सक्राइब नहीं किया है तो इसे सब्सक्राइब कर लें। रंकल सिक्योरिटी के गुरदास सिंह मान बने जरूरतमंद लोगों के मसीहा। हर रविवार फायर ब्रिगेड चौकलन करते हैं, समाज सेवा में अपना योगदान कर काम कर रहे हैं। गरीब लड़कियों की शादियां करते हैं, एक ऐसा समाज सेवा जो बिना शोर के काम कर रहा है। ਇੱਥੇ ਜਿਹੜੇ ਲੇਬਰ ਚੌਂਕ ਦੇ ਵਿੱਚ ਵਿਚਾਰੇ ਕੰਮ ਕਰਨ ਵਾਲੇ ਹੁੰਦੇ ਆ, ਇਹਨਾਂ ਨੇ ਦਿਹਾੜੀ ਕਰਨੀ ਹੁੰਦੀ ਹੈ, ਜੇ ਦਿਹਾੜੀ ਲੱਗ ਜਾਂਦੀ ਹੈ ਤਾਂ ਪੈਸਾ ਮਿਲ ਜਾਂਦਾ, ਛਕਾ ਵੀ ਲੈਂਦੇ, ਨਹੀਂ ਫਿਰ ਇੱਦਾਂ ਹੀ ਇਹ ਪੈ ਰਹੇ। ਔਰ ਮੈਂ ਇਸ ਨੂੰ ਦੇਖਦਿਆਂ ਹੋਇਆਂ 23 ਅਕਤੂਬਰ 2014 ਤੋਂ ਸ਼ੁਰੂ ਕਰਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਅਤੇ ਮੈਂ ਇਹਨਾਂ ਦੀ ਸਹੂਲਤ ਵਾਸਤੇ ਲਾਇਆ ਵੀ ਇਹ ਬੰਦੇ ਵਾਕਈ ਇਹ ਜ਼ਰੂਰਤਮੰਦ ਹੁੰਦੇ ਆ, ਇੱਦਾਂ ਖਾਲੀ ਪੇਟ ਵਿਚਾਰੇ ਕੁੱਤੇ ਪਏ ਰਹਿੰਦੇ ਆ। ਔਰ ਇਹ ਸਵੇਰੇ ਚਾਹ ਵੀ ਇਹਨਾਂ ਨੂੰ ਦਿੰਦੇ ਹਾਂ ਅਸੀਂ, ਅਤੇ ਮੈਂ ਇਕੱਲਾ ਹੀ ਕਰ ਰਿਹਾ, ਕੋਈ ਮੈਂ ਅੱਜ ਤੱਕ ਕਿਸੇ ਨਾਲ ਕੋਈ ਇੱਦਾਂ ਦਾ ਐਨ ਜੀ ਓ ਜਾਂ ਕੋਈ ਸ਼ੇਅਰ ਨਹੀਂ ਕਰਿਆ, ਬਟ ਮੈਨੂੰ ਤਾਂ ਬੁਲਾ ਲੈਂਦੇ ਬਹੁਤ ਜ਼ਿਆਦਾ, ਬਟ ਇਹ ਮੈਂ ਆਪਣੇ ਲੈਵਲ 'ਤੇ ਹੀ ਕਰ ਰਿਹਾ। ਹੋਰ ਵੀ ਜਿਸ ਤਰ੍ਹਾਂ ਲੜਕੀਆਂ, ਗਰੀਬ ਲੜਕੀਆਂ ਕੋਈ ਆ ਜਾਂਦੇ ਮੇਰੇ ਕੋਲ, ਉਹਨਾਂ ਦੀ ਜਿੰਨੀ ਕਿ ਮੈਂ ਆਪਣੀ ਹੈਸੀਅਤ ਮੁਤਾਬਕ ਉਹਨਾਂ ਦੀ ਵੀ ਸਹਾਇਤਾ ਕਰਨਾ। ਅਤੇ ਬਾਕੀ ਜਿਹੜੇ ਸਕੂਲੀ ਬੱਚੇ ਹੈ ਜਿਹੜੇ 85% ਤੋਂ ਉੱਪਰ ਨੰਬਰ ਲੈਂਦੇ, ਉਹਨਾਂ ਨੂੰ ਇੱਕ ਹੌਸਲਾ ਅਫਜਾਈ ਵਜ਼ੀਫਾ ਟਾਈਪ ਅਸੀਂ ਦਿੰਦੇ ਹਾਂ। ਬਾਕੀ ਜਿਸ ਤਰ੍ਹਾਂ ਕੋਈ ਗਰੀਬ ਬੱਚਾ ਹੈ ਨਾ, ਜਿਹਨੂੰ ਬਿਲਕੁਲ ਹੀ ਲੱਗ ਰਿਹਾ ਵੀ ਇਹ ਅੱਗੇ ਪੜ੍ਹਨਾ ਚਾਹੁੰਦਾ ਹੈ ਬਟ ਉਹਨੂੰ ਕਿਸੇ ਮੁਸ਼ਕਲ ਕਰਕੇ ਜਾਂ ਕਿਸੇ ਕਮੀ ਕਰਕੇ ਨਹੀਂ ਕਰ ਸਕਦਾ, ਮੈਂ ਉਹਨੂੰ ਵੀ ਆਪਣੇ ਵੱਲੋਂ ਜਿੰਨਾ ਕਿ ਮੈਂ ਤੋਰ ਸਕਦਾ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ।